ਸਸ਼ੀਕਲ ਜੀ ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਗੁਰ ਸਵਾਗਤ ਹੈ ਇਸ ਵੇਲੇ ਦੀ ਵੱਡੀ ਤੇ ਆਮ ਖਬਰ ਜੁੜੀ ਹੈ ਐਕਸਪੀਐਮ ਚਰਨਜੀਤ ਸਿੰਘ ਚੰਨੀ ਦੇ ਦੱਸਦੀ ਹੈ ਕਿ ਵਿਜੀਲੈਂਸ ਦੇ ਵੱਲੋਂ ਲਗਾਤਾਰ ਹੀ ਸੀਐਮ ਜੋ ਚੰਨੀ ਹੈ ਸਾਹਿਬ ਦਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਦੇ ਵੱਲੋਂ ਰਿਡਾਰ ਤੇ ਲਿਆ ਜਾ ਰਿਹਾ ਹੈ ਅਮ ਤੰਤੋਂ ਵੱਧ ਜ਼ਾਇਦਾਦ ਰੱਖਣ ਦੇ ਨੂੰ ਲਗਾਤਾਰ ਹੀ ਵਿਜੀਲੈਂਸ ਦੇ ਵੱਲੋਂ ਤਲਾਫ ਕੀਤਾ ਜਾ ਰਿਹਾ ਹੈ ਪੁੱਛਗਿੱਛ ਹੋਇਆ ਕੀਤੀ ਜਾ ਰਹੀ ਹੈ ਬੀਤੇ ਦਿਨੀ ਉਹਨਾਂ ਨੂੰ ਵਿਜੀਲੈਂਸ ਦੇ ਵੱਲੋਂ ਬੁਲਾਇਆ ਗਿਆ ਸੀ ਪਰ ਦੱਸ ਦਈਏ ਕਿ ਹਾਲੀ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਆਪਣੇ ਜੋ ਹਲਕੇ ਯਾਨੀ ਕਿ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਜਦੋਂ ਚ ਸੀਐਮ ਦੇ ਅਹੁਦੇ ਉੱਤੇ ਸੀਗੇ ਜਿਹੜੇ ਉਹਨਾਂ ਨੇ ਚਮਕੌਰ ਸਾਹਿਬ ਦੇ ਵਿੱਚ ਕਾਰਜਕਾਲ ਦੌਰਾਨ ਕੰਮਕਾਰ ਕਰਵਾਏ ਸੀ ਵਿਜੀਲੈਂਸ ਨੇ ਉਹਨਾਂ ਨੂੰ ਵੀ ਹੁਣ ਰੈਡਾਰ ਤੇ ਲੈ ਲਿਆ ਜਾਨੀ ਕਿ ਵਿਜੀਲੈਂਸ ਦੇ ਵੱਲੋਂ ਜੋ ਉਹਨਾਂ ਦੇ ਵੱਲੋਂ ਕੰਮਕਾਰ ਕਰਵਾਏ ਗਏ ਸੀ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਰਕਾਰੀ ਗ੍ਰਾਂਟਾਂ ਜੋ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਦੇ ਵੱਲੋਂ ਵਰਤੀਆਂ ਗਈਆਂ ਸੀ ਵਿਜੀਲੈਂਸ ਉਹਨਾਂ ਦੇ ਉੱਪਰ ਚਰਚਾ ਕਰ ਰਹੀ ਹੈ ਪੁੱਛਗਿੱਛ ਕਰ ਰਹੀ ਹੈ ਕਿ ਕਿਹੜੀ ਗ੍ਰਾਂਟ ਕਿਸ ਵੇਲੇ ਵਰਤੀ ਗਈ ਸੀ ਕਿੱਥੇ-ਕਿੱਥੇ ਪੈਸਾ ਜੋ ਹੈ ਸਰਕਾਰ ਦਾ ਉਹਨਾਂ ਦੇ ਵੱਲੋਂ ਵਿਕਾਸ ਕਾਰਜ ਦੇ ਕੰਮਾਂ ਦੇ ਵਿੱਚ ਲਗਾਇਆ ਗਿਆ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਵਿਜੀਲੈਂਸ ਦੇ ਵੱਲੋਂ ਜੋ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਰਡਾਰ ਤੇ ਲਿਆ ਗਿਆ ਹੈ ਦੱਸਦੀ ਹੈ ਕਿ ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਚੰਨੀ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਨਾਲ-ਨਾਲ ਹੁਣ ਉਹਨਾਂ ਦੇ ਹਲਕੇ ਚਮਕੌਰ ਸਾਹਿਬ ਦੇ ਵਿੱਚ ਵੀ ਹੋਏ ਵਿਕਾਸ ਕਾਰਜਾ ਦੀ ਜਾਂਚ ਨੂੰ ਸ਼ੁਰੂ ਕਰ ਦਿੱਤੀ ਹੈ ਬਿੱਤੇ ਦਿਨੇ ਵਿਜੀਲੈਂਸ ਦੀ ਟੀਮ ਚਮਕੌਰ ਸਾਈ ਪਹੁੰਚੀ ਅਤੇ ਉੱਥੇ ਹੋਏ ਵਿਕਾਸ ਕਾਰਜਾ ਦੇ ਨਾਲ ਸੰਬੰਧਿਤ ਦਸਤਾਵੇਜ਼ ਵਿਜੀਲੈਂਸ ਦੇ ਵੱਲੋਂ ਰੱਖ ਲਏ ਜਾਂਦੇ ਆ ਟੀਮ ਚੰਨੀ ਦੇ ਵੱਲੋਂ ਮੁੱਖ ਮੰਤਰੀ ਹੁੰਦਿਆ ਵਰਤੀ ਗਈਆਂ ਸਰਕਾਰੀ ਗ੍ਰਾਂਟਾਂ ਦੀ ਜਾਂਚ ਕਰ ਰਹੀ ਹੈ ਹਾਲੀ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਚੰਨੀ ਉੱਤੇ ਇੱਕ ਖਿਡਾਰੀ ਨੂੰ ਨੌਕਰੀ ਦੇਣ ਦੇ ਤੇ ਰਿਸ਼ਤੇਦਾਰ ਦੁਆਰਾ ਪੈਸੇ ਮੰਗਣ ਦੇ ਦੋਸ਼ ਲਗਾਏ ਗਏ ਸਨ ਜ਼ਿਕਰਯੋਗ ਹੈ ਕਿ ਕਰੀਬਨ 6 ਮਹੀਨੇ ਪਹਿਲਾਂ ਸਥਾਨਕ ਕਾਉਂਸਲਰ ਨੇ ਚਮਕੌਰ ਸਾਹਿਬ ਦੇ ਵਿੱਚ ਹੋਏ ਵਿਕਾਸ ਕਾਰਜਾਂ ਦੇ ਵਿੱਚ ਬੇਨਿਯਮਾ ਦੀ ਸ਼ਿਕਾਇਤ ਕੀਤੀ ਸੀ ਵਿਜਲੈਂਸ ਅਧਿਕਾਰੀ ਚੰਦ ਕੁਮਾਰ ਸਿੰਘਲਾ ਦੀ ਅਗਵਾਈ ਦੇ ਵਾਲੀ ਟੀਮ ਨੇ ਬੀਤੇ ਦਿਨੀ 6 ਘੰਟਿਆਂ ਤੱਕ ਜਾਂਚ ਪੜਤਾਲ ਕੀਤੀ ਹੈ ਪਰ ਕੋਈ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਹਾਲੇ ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਟਵਿੱਟਰ ਹੈਂਡਲ ਤੇ ਟਵੀਟ ਕੀਤਾ ਗਿਆ ਸੀ ਜਿੱਥੇ ਸੀਐਮ ਜੋ ਸਾਫ ਦਾ ਸੀਐਮ ਰਹਿ ਚੁੱਕਿਆ ਚਰਨਜੀਤ ਸਿੰਘ ਚੰਨੀ ਹੋਰਾ ਤੇ ਜੋ ਪੁੱਛਕਿਛ ਕੀਤੀ ਗਈ ਉਹਨਾਂ ਨੇ ਇੱਕ ਵਾਰਨਿੰਗ ਵੀ ਜੋ ਦਿੱਤੀ ਗਈ ਹੈ ਭਗਵੰਤ ਮਾਨ ਹੋਰ ਦੇ ਵੱਲ ਭਗਵੰਤ ਮਾਨ ਨੇ 31 ਤਰੀਕ ਤੱਕ ਦਾ ਆਖਰੀ ਜੋ ਤਰੀਕ ਦਿੱਤੀ ਹੈ ਉੱਥੇ ਹੀ ਉਹਨਾਂ ਨੂੰ ਸਿੱਧੀ ਵਾਰਨਿੰਗ ਦੇ ਦਿੱਤੀ ਹੈ ਕਿ ਤੁਸੀਂ ਜੇਕਰ ਆਪਣੇ ਜੋ ਤੁਸੀਂ ਕੀਤਾ ਹੈ ਖਿਡਾਰੀ ਨੂੰ ਰਿਸ਼ਵਤ ਲੈਣ ਦੇ ਗੱਲ ਆਖੀ ਹੈ ਉਹ ਦੱਸ ਦੋ ਨਹੀਂ ਤਾਂ ਮੈਂ ਜੋ ਸਬੂਤ ਹੈ ਪੇਸ਼ ਕਰ ਦਵਾਂਗਾ ਉਸੇ ਇਸ ਦੇ ਜਵਾਬੀ ਕਾਰਵਾਈ ਕਰਦੇ ਹੋਏ ਜੋ सरंजीत सिंह चन्नीया ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ 31 ਮਈ ਤੱਕ ਦੀ ਉਡੀਕ ਨਾ ਕਰੋ ਜੋ ਤੁਹਾਡੇ ਕੋਲ ਸਬੂਤ ਹੈ ਉਹ ਅੱਜ ਹੀ ਪੇਸ਼ ਕਰ ਦਿਓ ਉੱਥੇ ਹੀ ਦੱਸਦੀ ਕਿ ਲਗਾਤਾਰ ਹੀ ਵਿਜਲੈਂਸ ਦੇ ਵੱਲੋਂ ਵੀ ਚੰਨੀ ਹੋਰਾਂ ਨੂੰ ਰਡਾਰ ਤੇ ਲਿਆ ਜਾ ਰਿਹਾ ਹੈ ਤੇ ਲਗਾਤਾਰ ਹੀ ਵਿਜਲੈਂਸ ਉਹਨਾਂ ਦੀ ਇੱਕ ਤਾਂ ਆਮਦਨ ਤੋਂ ਵੱਧ ਜੋ ਜਾਇਦਾਦ ਉਹਨਾਂ ਦੇ ਵੱਲੋਂ ਰੱਖੀ ਜਾ ਰਹੀ ਹੈ ਉਸ ਤੇ ਉੱਪਰ ਪੁੱਛਤਾ ਤਾਜ ਕਰ ਰਹੀ ਹੈ ਤੇ ਦੂਸਰੀ ਪੁੱਛਤਾਜ ਕਰ ਰਹੀ ਹੈ ਕਿ ਜੋ ਨਾ ਦੇ ਵਿਕਾਸ ਕਾਰਜ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਸੀ ਉਸ ਨੂੰ ਲੈ ਕੇ ਕਿ ਕਿੱਥੇ ਉਹਨਾਂ ਨੇ ਸਰਕਾਰੀ ਪੈਸਾ ਵਰਤਿਆ ਹੈ ਕਿੱਥੇ ਉਹਨਾਂ ਨੇ ਨਹੀਂ ਵਰਤਿਆ ਕੀ ਕੰਮ ਕਰਵਾਏ ਹੈ ਕਿੱਥੇ ਸਰਕਾਰੀ ਗਰੰਟਾ ਉਹਨਾਂ ਦੇ ਵੱਲੋਂ ਵਰਤੀਆਂ ਗਈਆਂ ਲਗਾਤਾਰ ਹੀ ਵਿਚਰਨਸ ਦੇ ਵੱਲੋਂ ਪੁੱਛਤਾਚ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰੋਜ਼ ਕਾਈ ਨਿਊਜ਼ ਪੰਜਾਬ ਦੇ ਨਾਲ